ਬਠਿੰਡਾ ਜ਼ਿਲ੍ਹੇ ਦੇ TET ਅਧਿਆਪਕਾਂ ਨੇ ਚਿਲਡਰਨ ਪਾਰਕ 'ਚ ਇੱਕ ਬੈਠਕ ਕਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੰਨੇ ਵੀ TET ਪਾਸ ਅਧਿਆਪਕਾਂ ਨੂੰ ਨੌਕਰੀ ਨਹੀਂ ਦਿੱਤੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਨੌਕਰੀ ਦਿੱਤੀ ਜਾਵੇ, ਨਹੀਂ ਤਾਂ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਵਰਣਯੋਗ ਹੈ ਕਿ 2011 'ਚ ਪੰਜਾਬ ਸਰਕਾਰ ਨੇ TET ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰਨ ਵਾਲੇ ਅਧਿਆਪਕਾਂ ਨੂੰ ਡਿਸਕੁਆਲੀਫਾਈਡ ਕਰ ਦਿੱਤਾ ਸੀ, ਪਰ ਦੁਬਾਰਾ ਸਰਕਾਰ ਬਣਨ ਤੇ ਸਰਕਾਰ ਨੇ ਉਹਨਾਂ ਨੂੰ ਕੁਆਲੀਫਾਈਡ ਦੱਸਿਆ ਹੈ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।